ਬੋਲੇ ਸੋ ਨਿਰਭੈ ਸ੍ਰਿਸ਼ਟੀ ਕਰਤਾ ਵਾਲਮੀਕਿ ਦਇਆਵਾਨ ਕੀ ਜੈ। ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸਾਥੀਓ, ਜੋ ਕਿ ਪੰਜਾਬ ਸਰਕਾਰ ਦੇ ਵੱਲੋਂ 15 ਅਕਤੂਬਰ ਨੂੰ ਜੋ ਕਿ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਗਿਆ, ਸੋ ਅਸੀਂ ਵਾਲਮੀਕਨ ਮਜ਼ਹਬੀ ਸਿੱਖ ਸਮਾਜ ਔਰ ਭਗਵਾਨ ਵਾਲਮੀਕਿ ਨਾਮ ਲੇਵਾ ਸਮੂਹ ਸੰਗਤਾਂ ਇਹਨਾਂ ਦਾ ਵਿਰੋਧ ਕਰਦੇ ਹਾਂ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇਹ ਜਿਹੜੀਆਂ ਪੰਚਾਇਤੀ ਚੋਣਾਂ ਹੈ ਜੋ ਕਿ 15 ਅਕਤੂਬਰ ਨੂੰ ਰੱਖੀਆਂ ਗਈਆਂ, ਕਿਰਪਾ ਕਰਕੇ ਉਹਨਾਂ ਨੂੰ ਅੱਗੇ ਉਹਨਾਂ ਦੀ ਜਿਹੜੀ ਡੇਟ ਹੈ ਵਧਾਈ ਜਾਵੇ, ਅਤੇ ਤਾਂ ਕਿ ਜੋ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਹਾੜਾ ਹੈ ਉਹ ਸੰਗਤਾਂ ਸ਼ਰਧਾ ਨਾਲ ਭਾਵਨਾ ਦੇ ਨਾਲ ਮਨਾ ਸਕਣ, ਕਿਉਂਕਿ 2 ਦਿਨ ਬਾਅਦ 15 ਅਕਤੂਬਰ ਤੋਂ 2 ਦਿਨ ਬਾਅਦ ਵਿੱਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਹੈ। ਸੋ ਇਹ ਸਰਕਾਰਾਂ ਜਿਹੜੀਆਂ ਵੀ ਇਹੋ ਜਿਹੇ ਘਿਣਾਉਣੀਆਂ ਹਰਕਤਾਂ ਕਰਦੀਆਂ, ਸੋ ਬੇਨਤੀ ਹੈ ਕਿ ਭਾਈ ਸਮੇਂ ਨੂੰ ਦੇਖਿਆ ਜਾਵੇ ਅਤੇ ਕਿਰਪਾ ਕਰਕੇ ਜਿਹੜੀਆਂ ਪੰਚਾਇਤੀ ਚੋਣਾਂ ਹੈ ਉਹਨਾਂ ਦਾ ਸਮਾਂ ਅੱਗੇ ਵਧਾਇਆ ਜਾਵੇ ਤਾਂ ਕਿ 17 ਅਕਤੂਬਰ ਨੂੰ ਜੋ ਭਗਵਾਨ ਵਾਲਮੀਕਿ ਮਹਾਰਾਜ ਦਾ ਪ੍ਰਗਟ ਦਿਹਾੜਾ ਹੈ ਉਹ ਸ਼ਰਧਾ ਨਾਲ ਭਾਵਨਾ ਦੇ ਨਾਲ ਮਨਾ ਸਕੀਏ, ਕਿਸੇ ਵੀ ਤਰ੍ਹਾਂ ਦਾ ਕੋਈ ਵਿਘਨ ਨਾ ਪਵੇ, ਕਿਸੇ ਵੀ ਤਰ੍ਹਾਂ ਦਾ ਕਿਸੇ ਵੱਲੋਂ ਕੋਈ ਹੁੱਲੜਬਾਜ਼ੀ ਨਾ ਹੋਵੇ, ਕੋਈ ਧੜੇਬੰਦੀ ਨਾ ਬਣਾਈ ਜਾਵੇ ਵਿੱਚ। ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਦਾਸ ਸੁਖਵਿੰਦਰਪਾਲ ਸਿੰਘ ਨਾਗਵੰਸ਼ੀ ਕੀਰਤਨੀ ਅਥਾ ਕਪੂਰਥਲੇ ਵਾਲੇ ਇਹ ਬੇਨਤੀ ਕਰਦੇ ਹਾਂ ਕਿ ਭਾਈ ਜ਼ਰੂਰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣ ਦੀ ਕਿਰਪਾਲਤਾ ਕਰੋ ਜੀ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕਿ ਮਹਾਰਾਜ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।